ਹਾਂਜੀ ਸਵਾਗਤ ਹੈ ਤੁਹਾਡਾ ਅਖਤਰਾ ਐਲਐਸਏ ਕੇ YouTube ਤੇ ਜਿੱਥੇ ਤੁਸੀਂ ਬਹੁਤ ਕੁਝ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ ਇਹ ਵੀਡੀਓ ਹੈ ਜੀ ਮੌਸਮ ਵਾਲੀ ਜਿਵੇਂ ਕਿ ਪਹਿਲਾਂ ਵੀ ਅਸੀਂ ਇੱਕ ਵੀਡੀਓ ਪਾਈ ਸੀ 3 ਤੋਂ 6 ਜਨਵਰੀ ਤੱਕ بارش ਦੀ ਸੰਭਾਵਨਾ ਦੱਸੀ ਜਾ ਰਹੀ ਸੀ ਪਰ ਜਿਹੜਾ 3 ਅਤੇ 4 ਨੂੰ ਲਗਭਗ ਮੌਸਮ ਸਾਫ਼ ਰਿਹਾ ਬੱਦਲਬਾਈ ਜ਼ਰੂਰ ਸੀ ਤੇ ਸੰਭਾਵਨਾ ਸੀਗੀ ਜਿਹੜਾ ਕਿ ਪੱਛਮੀ ਸਿਸਟਮ ਆਏਗਾ ਉਹ ਦੁਬਾਰਾ ਆ ਰਿਹਾ ਤੇ 5 6 7 ਤੇ 8 ਜਨਵਰੀ ਤੱਕ بارش ਦੀ ਜਿਹੜੀ ਸੰਭਾਵਨਾ ਮੇਨ ਦਿਨ ਹੈ ਜਿਹੜਾ 6 ਜਨਵਰੀ ਹੈ ਉਦੋਂ ਲਗਭਗ 6 ਜਨਵਰੀ ਨੂੰ ਜਿਹੜਾ ਪੂਰੇ ਪੰਜਾਬ ਦੇ ਵਿੱਚ ਮੰਨ ਲਓ 50 ਤੋਂ ਲੈ ਕੇ 75% ਏਰੀਏ ਦੇ ਵਿੱਚ بارش ਹੈ ਜਿਹੜੀ ਪੈ ਸਕਦੀ ਹੈ ਦਰਮਿਆਨੀ ਤੇ ਕਿਤੇ ਕਿਤੇ ਗੜੇਮਾਰੀ ਵੀ ਹੋ ਸਕਦੀ ਹੈ ਹਲਕੀ ਤੇ ਬਾਕੀ ਜੀ ਮੌਸਮਾ ਜਿਹੜਾ 8 ਜਨਵਰੀ ਤੱਕ ਇਸ ਤਰ੍ਹਾਂ ਹੀ ਬਣਿਆ ਰਹੇਗਾ ਬੱਦਲਵਾਈ ਨਾਲ ਹਲਕਾ ਤੋਂ ਦਰਮਿਆਨਾ ਮੀਂਹ ਜਿਵੇਂ ਕਿ ਆਪਣੇ ਕਰਦਾਸਪੁਰ ਹੁਸ਼ਿਆਰਪੁਰ ਇਹਨਾਂ ਜ਼ਿਲ੍ਹਿਆਂ 'ਚ ਬਾਰਿਸ਼ ਜਿਹੜੀ ਭਾਰੀ ਵੀ ਹੋ ਸਕਦੀ ਹੈ ਜਿਆਦਾ ਤੇ ਬਾਕੀ ਜਿਵੇਂ ਆਪਣੇ ਬਠਿੰਡਾ ਮਾਨਸਾ ਸਰਸਾ ਇਹਨਾਂ ਜ਼ਿਲ੍ਹਿਆਂ 'ਚ ਜਿਹੜੀ ਬਾਰਿਸ਼ ਹੈ ਹਲਕੀ ਰਹਿਣ ਦੀ ਸਭਾਵਨਾ ਹੈਗੀ ਤੇ ਮੇਨ ਦਿਨ ਹੈ ਜਿਹਦੇ 6 ਤੇ 7 ਜਨਵਰੀ 8 ਜਨਵਰੀ ਤੋਂ ਮੌਸਮ ਆ ਸਾਫ਼ ਹੋਣਾ ਸ਼ੁਰੂ ਹੋ ਜਾਊਗਾ ਤੇ ਉਸ ਤੋਂ ਬਾਅਦ ਠੰਡ 'ਚ ਵਾਧਾ ਜਿਹੜਾ ਹੋ ਸਕਦਾ ਹੈਗਾ ਤੇ ਧੁੰਦ ਵੀ ਪਵੇਗੀ ਤਾਂ ਹੀ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰੋ ਸ਼ੇਅਰ ਵੀ ਕਰੋ ਆਪਣਾ ਚੈਨਲ ਸਬਸਕ੍ਰਾਈਬ ਕਰੋ ਹੋਰ ਵੀ ਬਹੁਤ ਸਾਰੀਆਂ ਕੰਮ ਦੀਆਂ ਵੀਡੀਓ ਇਸ ਚੈਨਲ ਤੇ ਹਨ ਧੰਨਵਾਦ